ਸਤਿ ਸ਼੍ਰੀ ਅਕਾਲ ਜੀ, ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ। ਮੈਂ ਵੀ ਬਿਲਕੁਲ ਠੀਕ ਠਾਕ ਹਾਂ। ਅਤੇ ਅੱਜ ਆਪਾਂ ਬਹੁਤ ਹੀ ਡਿਲੀਸ਼ੀਅਸ ਜਿਹੜੀ ਹੈਗੀ ਹੈ ਕ੍ਰਿਸਪੀ ਬਣਾ ਕੇ ਤਿਆਰ ਕਰਾਂਗੇ। ਇਸ ਦੇ ਲਈ ਜਿੰਨੇ ਵੀ ਘਰ ਵਿੱਚ ਤੁਹਾਡੇ ਕੋਲ ਡਰਾਈ ਫਰੂਟਸ ਆਪਾਂ ਉਹ ਲੈ ਲਵਾਂਗੇ। ਦੇਖ ਸਕਦੇ ਹੋ ਮੈਂ ਇੱਥੇ ਕਾਜੂ, ਬਦਾਮ, ਪਿਸਤਾ, ਨਾਰੀਅਲ ਦਾ ਜਿਹੜਾ ਹੈਗਾ ਫਰੈਸ਼ ਨਾਰੀਅਲ ਜਿਹੜਾ ਹੈਗਾ ਉਸਨੂੰ ਲਿਆ ਹੋਇਆ। ਨਾਰੀਅਲ ਦਾ ਬਰਾਦਾ ਵੀ ਲੈ ਸਕਦੇ ਹੋ। ਕਿਸ਼ਮਿਸ਼ ਆਪਣੇ ਕੋਲ, ਜੋ ਵੀ ਆਪਣੇ ਸੀਡਸ ਹੈਗੇ ਆਪਾਂ ਉਹ ਲੈ ਲਵਾਂਗੇ, ਜੋ ਵੀ ਤੁਸੀਂ ਦੇ ਮਨਪਸੰਦ ਹੈਗੇ ਆ। ਜ਼ਿਆਦਾ ਤੋਂ ਜ਼ਿਆਦਾ ਜਿਹੜੀ ਹੈਗੀ ਆਪਾਂ ਡਰਾਈ ਫਰੂਟਸ ਇੱਥੇ ਇਸ ਦੇ ਵਿੱਚ ਪਾਵਾਂਗੇ। ਅਤੇ ਬੱਚਿਆਂ ਦੇ ਲਈ, ਕਿਉਂਕਿ ਬੱਚੇ ਬਹੁਤ ਘੱਟ ਡਰਾਈ ਫਰੂਟ ਖਾਂਦੇ ਆ, ਅਤੇ ਉਹਨਾਂ ਦੇ ਲਈ, ਉਹਨਾਂ ਦੀ ਇਮਿਊਨਿਟੀ ਨੂੰ ਵਧਾਉਣ ਦੇ ਲਈ ਅਤੇ ਆਪਣੀ ਇਮਿਊਨਿਟੀ ਬੂਸਟ ਕਰਨ ਦੇ ਲਈ ਵੀ ਇਹ ਬਹੁਤ ਹੀ ਜ਼ਿਆਦਾ ਵਧੀਆ ਜਿਹੜੀ ਰੈਸਪੀ ਬਣ ਕੇ ਤਿਆਰ ਹੁੰਦੀ ਆ। ਸਾਰੇ ਡਰਾਈ ਫਰੂਟਸ ਨੂੰ ਆਪਾਂ ਕੱਟ ਵੀ ਸਕਦੇ ਹਾਂ। ਤੁਸੀਂ ਜਿਹੜਾ ਹੈਗਾ ਕਰਦ ਦੇ ਨਾਲ ਇਸਨੂੰ ਕੱਟ ਲਓ, ਨਹੀਂ ਤਾਂ ਇਸਨੂੰ ਜਿਹੜਾ ਹੈਗਾ ਹਲਕਾ ਹਲਕਾ ਆਪਾਂ ਜਿਹੜਾ ਘੁੱਟ ਲਵਾਂਗੇ। ਜੇਕਰ ਬਿਲਕੁਲ ਇਹਦਾ ਪੇਸਟ ਨਹੀਂ ਕਰਾਂਗੇ, ਥੋੜ੍ਹੇ ਥੋੜ੍ਹੇ ਚੰਕਸ ਇਹਦੇ ਮੂੰਹ 'ਚ ਆਉਂਦੇ, ਬਹੁਤ ਹੀ ਸਵਾਦੀ ਲੱਗਦੇ ਆ। ਤਾਂ ਜਿੰਨਾ ਵੀ ਕੁਛ ਤੁਸੀਂ ਇਸ ਦੇ ਵਿੱਚ ਪਾਉਣਾ ਚਾਹੁੰਦੇ ਹੋ ਪਾ ਸਕਦੇ ਹੋ। ਦੂਜੀ ਸਾਈਡ 'ਤੇ ਆਪਾਂ ਕੜਾਹੀ ਜਿਹੜੀ ਹੈਗੀ ਹੈ ਗਰਮ ਕਰਾਂਗੇ, ਅਤੇ ਇਸ ਦੇ ਵਿੱਚ ਆਪਾਂ ਜਿਹੜਾ ਆਟਾ ਹੈਗਾ, ਕੋਈ ਵੀ ਇੱਕ ਮੈਜ਼ਰ ਕਰਨ ਦੇ ਲਈ ਕੋਈ ਕੱਪ ਕਟੋਰੀ ਕੁਛ ਵੀ ਲੈ ਲਿਓ, ਉਹਦੇ ਨਾਲ ਹੀ ਆਪਾਂ ਸਾਰਾ ਕੁਛ ਮੈਜ਼ਰ ਕਰਕੇ ਇਸ ਦੇ ਵਿੱਚ ਪਾਵਾਂਗੇ। ਅਤੇ ਇੱਥੇ ਆਪਾਂ ਦੋ ਜਿਹੜੇ ਕੱਪ ਹੈਗੇ ਆ ਆਟੇ ਦੇ ਪਾਵਾਂਗੇ, ਜਿਸ ਦੇ ਨਾਲ ਆਪਾਂ ਰੋਟੀ ਬਣਾਉਣੀ। ਨੋਰਮਲ ਜਿਹੜਾ ਕਣਕ ਦਾ ਆਟਾ ਆਪਾਂ ਇੱਥੇ ਉਹੀ ਲਿਆ, ਅਤੇ ਅੱਧਾ ਕੱਪ ਇਸ ਦੇ ਵਿੱਚ ਆਪਾਂ ਜਿਹੜਾ ਹੈਗਾ ਸੂਜੀ ਦਾ ਪਾਵਾਂਗੇ। ਜੇਕਰ ਆਪਾਂ ਦੋ ਕੱਪ ਆਟੇ ਦੇ ਪਾ ਰਹੇ ਹਾਂ ਤਾਂ ਆਪਾਂ ਇਸ ਦੇ ਵਿੱਚ ਅੱਧਾ ਕੱਪ ਜਿਹੜਾ ਹੈਗਾ ਸੂਜੀ ਪਾਵਾਂਗੇ, ਅਤੇ ਇਸਨੂੰ ਜਿਹੜਾ ਹੈਗਾ ਡਰਾਈ ਰੋਸਟ ਹੀ ਕਰ ਲਵਾਂਗੇ। ਅਤੇ ਜਦੋਂ ਇਸ ਦੇ ਵਿੱਚੋਂ ਹਲਕੀ ਹਲਕੀ ਜਿਹੀ ਖੁਸ਼ਬੂ ਬਹੁਤ ਹੀ ਵਧੀਆ ਆਉਣ ਲੱਗ ਜਾਂਦੀ ਹੈ, ਮਿੱਠੀ ਮਿੱਠੀ ਖੁਸ਼ਬੂ, ਤਾਂ ਆਪਾਂ ਇਸ ਦੇ ਵਿੱਚ ਬਾਅਦ ਵਿੱਚ ਜੋ ਹੈਗਾ ਘਿਓ ਜਿਹੜਾ ਹੈਗਾ ਉਹ ਪਾਵਾਂਗੇ। ਪਹਿਲਾਂ ਆਟੇ ਨੂੰ ਚੰਗੀ ਤਰ੍ਹਾਂ, ਸੂਜੀ ਨੂੰ ਚੰਗੀ ਤਰੀਕੇ ਨਾਲ ਆਪਾਂ ਜਿਹੜਾ ਹੈਗਾ ਇਸ ਨੂੰ ਬਿਲਕੁਲ ਹਲਕੀ ਆਂਚ 'ਤੇ, ਆਂਚ ਤੇਜ਼ ਨਹੀਂ ਕਰਦੀ, ਅਤੇ ਇਸਨੂੰ ਚਲਾਉਂਦੇ ਰਹਿਣਾ। ਨਹੀਂ ਤਾਂ ਜੇਕਰ ਆਪਾਂ ਇਸਨੂੰ ਚਲਾਉਣਾ ਛੱਡ ਦੇਵਾਂਗੇ ਤਾਂ ਇਹ ਥੱਲਿਓਂ ਜਿਹੜਾ ਹੈਗਾ ਆਟਾ ਆਪਣਾ ਮੱਚ ਜਾਵੇਗਾ। ਇਸ ਤਰੀਕੇ ਨਾਲ ਆਪਾਂ ਇਸਨੂੰ ਹਲਕਾ ਹਲਕਾ ਚਲਾਉਂਦੇ ਰਵਾਂਗੇ। ਅਤੇ ਇਸ ਦੇ ਵਿੱਚ ਜਿਹੜਾ ਹੈਗਾ ਆਪਾਂ ਘਿਓ ਜਿਹੜਾ ਹੈਗਾ ਇੱਕ ਕੱਪ ਘਿਓ, ਜਿਸ ਦੇ ਨਾਲ ਆਪਾਂ ਆਟਾ ਮੈਜ਼ਰ ਕੀਤਾ ਸੀਗਾ ਉਸੇ ਕੱਪ ਦੇ ਨਾਲ ਹੀ ਆਪਾਂ ਮੈਜ਼ਰ ਕਰਕੇ ਇਸ ਦੇ ਵਿੱਚ ਇੱਕ ਪੂਰਾ ਜਿਹੜਾ ਕੱਪ ਹੈਗਾ ਦੇਸੀ ਘਿਓ ਦਾ, ਇਹ ਘਰ ਦਾ ਬਣਿਆ ਘਿਓ ਹੈ, ਉਹ ਪਾ ਦੇਵਾਂਗੇ। ਅਤੇ ਨਾਲ ਨਾਲ ਬਾਹਰ ਮੌਸਮ ਵੀ ਬਹੁਤ ਸੋਹਣਾ ਹੋਇਆ ਹੋਇਆ, ਬਾਰਿਸ਼ ਆ ਰਹੀ ਹੈ। ਅਤੇ ਇੱਥੇ ਆਪਣਾ ਜਿਹੜਾ ਹੈਗਾ ਇਸਨੂੰ ਵੀ ਆਪਾਂ ਤਕਰੀਬਨ 15 ਤੋਂ 20 ਮਿੰਟ ਲੱਗਣਗੇ ਪੱਕਣ ਦੇ ਲਈ। ਅਤੇ ਬਹੁਤ ਹੀ ਵਧੀਆ ਇਹਦਾ ਕਲਰ ਦੇਖ ਸਕਦੇ ਹੋ, ਬਦਲ ਗਿਆ ਪੂਰੇ ਤਰੀਕੇ ਨਾਲ। ਅਤੇ ਹੁਣ ਜਿਹੜੇ ਆਪਣੇ ਡਰਾਈ ਫਰੂਟ ਆਪਾਂ ਕੱਟ ਕੇ ਰੱਖੇ ਆ, ਜਿੰਨੇ ਵੀ ਤੁਸੀਂ ਪਾਉਣੇ ਚਾਹੋ ਇਸ ਦੇ ਵਿੱਚ ਤੁਸੀਂ ਪਾ ਸਕਦੇ ਹੋ। ਕੋਸ਼ਿਸ਼ ਕਰੋ ਜ਼ਿਆਦਾ ਤੋਂ ਜ਼ਿਆਦਾ, ਕਿਉਂਕਿ ਬੱਚੇ ਜਿਹੜੇ ਹੈਗੇ ਆ ਇਸਨੂੰ ਬਹੁਤ ਹੀ ਚਾਹ ਕੇ ਖਾਣਗੇ। ਅਤੇ ਇੱਕ ਜਿਹੜਾ ਹੈਗਾ ਤੁਸੀਂ ਲੱਡੂ ਜਾਂ ਇਸ ਦੇ ਜਿਹੜੀਆਂ ਹੈਗੀਆਂ ਬਰਫੀਆਂ ਬਣਾ ਕੇ ਜਿਹੜੀ ਹੈਗੀ ਆ ਬੱਚਿਆਂ ਨੂੰ ਸੁਬਹਾ ਸਕੂਲ ਜਾਣ ਤੋਂ ਪਹਿਲਾਂ ਜ਼ਰੂਰ ਦਿਆ ਕਰੋ। ਇਸ ਦੇ ਨਾਲ ਜਿਹੜੀ ਬੱਚਿਆਂ ਦੀ ਇਮਿਊਨਿਟੀ ਹੈ ਉਹ ਬਹੁਤ ਹੀ ਜ਼ਿਆਦਾ ਬੂਸਟ ਹੁੰਦੀ ਹੈ। ਜਿੰਨੇ ਵੀ ਡਰਾਈ ਫਰੂਟ ਬੱਚਿਆਂ ਨੂੰ ਵੈਸੇ ਦੇਵਾਂਗੇ ਉਹ ਖਾਧੇ ਨਹੀਂ ਜਾਂਦੇ। ਇਸ ਤਰੀਕੇ ਨਾਲ ਜਿਹੜੀ ਹੈਗੀ ਆ ਐਨਰਜੀ ਬੱਚਿਆਂ ਦੇ ਵਿੱਚ ਬਹੁਤ ਰਹਿੰਦੀ ਹੈ। ਇਸ ਨੂੰ ਆਪਾਂ ਚੰਗੀ ਤਰੀਕੇ ਨਾਲ ਪਹਿਲਾਂ ਠੰਡਾ ਕਰ ਲਵਾਂਗੇ। ਠੰਡਾ ਕਰਨ ਤੋਂ ਬਾਅਦ ਹੀ ਇਸ ਦੇ ਵਿੱਚ ਜਿਹੜੀ ਹੈਗੀ ਆ ਚੀਨੀ ਜਾਂ ਸ਼ੱਕਰ ਤੁਸੀਂ ਜੋ ਵੀ ਪਾਉਣਾ ਚਾਹੋ ਪਾ ਸਕਦੇ ਹੋ। ਮੇਰੇ ਘਰ ਵਿੱਚ ਜ਼ਿਆਦਾ ਜਿਹੜੀ ਹੈਗੀ ਆ ਸ਼ੱਕਰ, ਗੁੜ, ਇਸ ਨੂੰ ਜ਼ਿਆਦਾ ਪਸੰਦ ਕੀਤਾ ਜਾਂਦਾ, ਇਸ ਲਈ ਇੱਥੇ ਆਪਾਂ ਜਿਹੜਾ ਉਹੀ ਸੇਮ ਕੱਪ ਦੇ ਨਾਲ ਮੈਜ਼ਰ ਕਰਕੇ ਇੱਕ ਜਿਹੜਾ ਹੈਗਾ ਕੱਪ ਆਪਾਂ ਇੱਥੇ ਸ਼ੱਕਰ ਦਾ ਪਾ ਦੇਵਾਂਗੇ। ਇਸ ਦੀ ਥਾਂ 'ਤੇ ਤੁਸੀਂ ਚਾਹੋ ਤਾਂ ਚੀਨੀ ਵੀ ਪਾ ਸਕਦੇ ਹੋ, ਪਰ ਇਸ ਦੇ ਨਾਲ ਜਿਹੜਾ ਹੈਗਾ ਥੋੜ੍ਹਾ ਹੋਰ ਹੈਲਦੀ ਜਿਹੜਾ ਹੈਗਾ ਆਪਣੇ ਕੋਲ ਬਣ ਜਾਵੇਗਾ। ਬਾਕੀ ਤੁਸੀਂ ਦੇ ਟੇਸਟ 'ਤੇ ਡਿਪੈਂਡ ਆ, ਜਿੰਨਾ ਤੁਸੀਂ ਪਾਉਣਾ ਚਾਹੋ ਪਾ ਸਕਦੇ ਹੋ। ਪਹਿਲਾਂ ਆਪਾਂ ਥੋੜ੍ਹੀ ਘੱਟ ਪਾਈ ਸੀ, ਹੁਣ ਇਸ ਦੇ ਵਿੱਚ ਥੋੜ੍ਹੀ ਜਿਹੀ ਹੋਰ ਪਾ ਦੇਵਾਂਗੇ, ਅਤੇ ਪੂਰਾ ਇੱਕ ਕੱਪ ਹੀ ਜਿਹੜਾ ਹੈਗਾ ਆਪਾਂ ਇਸ ਦੇ ਵਿੱਚ ਸ਼ੱਕਰ ਦਾ ਪਾਇਆ। ਅਤੇ ਜੇ ਤੁਸੀਂ ਜ਼ਿਆਦਾ ਮਿੱਠਾ ਖਾਣਾ ਪਸੰਦ ਕਰਦੇ ਹੋ ਤਾਂ ਥੋੜ੍ਹਾ ਇਸ ਦੇ ਉੱਪਰ ਦੀ ਹੋਰ ਪਾ ਸਕਦੇ ਹੋ। ਪਰ ਜੇਕਰ 2 ਕੱਪ ਆਪਾਂ ਆਟੇ ਦੇ ਲਏ ਆ, ਅਤੇ 1/2 ਕੱਪ ਸੂਜੀ ਦਾ, 1 ਕੱਪ ਘਿਓ ਦਾ, ਅਤੇ 1 ਕੱਪ ਹੀ ਆਪਾਂ ਨੂੰ ਜਿਹੜਾ ਇੱਥੇ ਹੈਗਾ ਸ਼ੱਕਰ ਦਾ, ਇਨਫ ਹੁੰਦਾ, ਬਹੁਤ ਰਹਿੰਦਾ।
ਅਤੇ ਇਸ ਤਰੀਕੇ ਨਾਲ ਆਪਾਂ ਇਸ ਦੇ ਜਿਹੜੇ ਹੈਗੇ ਆ ਲੱਡੂ ਬਣਾ ਕੇ ਵੀ ਤਿਆਰ ਕਰ ਸਕਦੇ ਹੋ, ਤੁਸੀਂ ਚਾਹੋ ਤਾਂ ਇਸ ਨੂੰ ਜਮਾ ਵੀ ਸਕਦੇ ਹੋ ਅਤੇ ਇਸ ਦੀ ਜਿਹੜੀਆਂ ਬਾਰ ਹੈ ਉਹ ਕੱਟ ਸਕਦੇ ਹੋ, ਬਰਫੀ ਦੀ ਤੌਰ 'ਤੇ ਕੱਟ ਸਕਦੇ ਹੋ, ਜਿਵੇਂ ਵੀ ਤੁਹਾਨੂੰ ਪਸੰਦ ਹਨ। ਮੇਰੇ ਬੇਟੇ ਨੂੰ ਲੱਡੂ ਪਸੰਦ ਜ਼ਿਆਦਾ ਹਨ, ਉਹ ਲੱਡੂ ਹੀ ਮੰਗਦਾ, ਇਸ ਕਰਕੇ ਮੈਂ ਉਸਨੂੰ ਲੱਡੂ ਬਣਾ ਕੇ ਦਿੰਦੀ ਹਾਂ ਅਤੇ ਉਹ ਬਹੁਤ ਹੀ ਖੁਸ਼ੀ ਦੇ ਨਾਲ ਸਕੂਲ ਜਾਣ ਤੋਂ ਪਹਿਲਾਂ ਖਾ ਕੇ ਜਾਂਦਾ। ਉਹ 5 ਸਾਲ ਦਾ ਹਜੇ ਤਾਂ, ਪਰ ਉਸਨੂੰ ਜਿਹੜਾ ਹੈਗਾ ਇਹ ਚੀਜ਼ ਸਭ ਤੋਂ ਜ਼ਿਆਦਾ ਪਸੰਦ ਹੈ। ਸੁਬਹਾ ਸੁਬਹਾ ਸਿਰਫ ਉਸਨੂੰ ਇੱਕ ਲੱਡੂ ਚਾਹੀਦਾ ਹੁੰਦਾ ਅਤੇ ਦੁੱਧ ਦੇ ਨਾਲ ਬੱਚਿਆਂ ਨੂੰ ਸੁਬਹਾ ਸੁਬਹਾ ਖਾਣ ਨੂੰ ਦਿਓ ਅਤੇ ਬਹੁਤ ਹੀ ਸਾਰਾ ਦਿਨ ਬੱਚਿਆਂ ਦੇ ਵਿੱਚ ਐਨਰਜੀ ਰਹੇਗੀ। ਇਸ ਤਰੀਕੇ ਨਾਲ ਆਪਾਂ ਸਾਰੇ ਇਸ ਦੇ ਲੱਡੂ ਬਣਾ ਕੇ ਤਿਆਰ ਕਰ ਲਵਾਂਗੇ। ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਜ਼ਰੂਰ ਕਰਿਓ। ਥੈਂਕ ਯੂ।